ਕਿਵੇਂ ਆ? ਬਸ ਠੀਕ ਹੈ, ਤੂੰ ਸੁਣਾ? ਜਨਮਦਿਨ ਅੱਜ ਅੱਜ ਬਰਥਡੇ ਵਲੌਗ ਆ ਰਿਹਾ ਮੇਰਾ, ਬਰਥਡੇ ਵਲੌਗ। ਅਤੇ ਗੱਡੀ ਗੰਦੀ ਬਹੁਤ ਹੋਈ ਆ, ਪਾਣੀਆਂ ਬੋਤਲਾਂ ਪਈਆਂ ਨੇ। ਅਤੇ ਆਪਾਂ ਚੱਲਦੇ ਹਾਂ ਗੁਰਦੁਆਰੇ, ਮੱਥਾ ਟੇਕਦੇ ਹਾਂ, ਅਤੇ ਉਸ ਤੋਂ ਬਾਅਦ ਤੋਂ ਦੇਖਦੇ ਹਾਂ ਆਪਾਂ ਕੀ ਕਰਦੇ ਹਾਂ, ਮੌਲ ਜਾਵਾਂਗੇ। ਚਲੋ ਓਕੇ ਬਾਈ, ਆ ਜਾਂਦੇ। ਲਓ ਬਈ, ਇੰਡੀਅਨ ਸਟੋਰ ਆ ਗਏ ਹਾਂ ਅਤੇ ਗੱਡੀ ਕਰਦੇ ਹਾਂ ਪਾਰਕ। ਅਤੇ ਇੱਥੋਂ ਲੈਂਦੇ ਹਾਂ ਆਪਾਂ ਡੱਬਾ ਮਿਠਾਈ ਦਾ, ਗੁਰਦੁਆਰੇ ਦੇ ਕੇ ਮਿਠਾਈ, ਫਿਰ ਦੇਖਦੇ ਹਾਂ ਕੀ ਬਣਦਾ। ਲਓ ਬਈ, ਇੰਡੀਅਨ ਸਟੋਰ ਆ ਗਏ ਹਾਂ ਅਤੇ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ। ਲੈਣੀ ਜਲੇਬੀਆਂ? ਲੱਗਦੀਆਂ ਸਵਾਦ ਨੇ, ਪਰ ਕੋਈ ਨਾ, ਬਾਅਦ 'ਚ ਲਾਵਾਂਗੇ ਜੀ ਆਇਆਂ ਨੂੰ। ਓਏ ਦਾਲਾਂ, ਚਨਾ ਦਾਲ, ਮੂੰਗ ਦਾਲ, ਆਹ ਕੀ ਆ ਓਏ? ਉਹ ਖਿਚੜੀ ਮਿਕਸ ਲੈ, ਬਣੀ ਬਣਾਈ ਖਿਚੜੀ, ਸਿੱਧਾ ਜਾਏ ਪਾਣੀ ਉਬਾਲੋ, ਸੁੱਟੋ ਅਤੇ ਬਣਾਓ। ਚਲੋ ਬਈ, ਸਭ ਕੁਛ ਪੈਕ ਮਿਲਦਾ ਅੱਜ ਕੱਲ੍ਹ ਨਾ। ਰਾਜਮਾਂਹ ਓਏ, ਇੰਡੀਆ ਤੋਂ ਆਉਂਦੇ ਹੋਣੇ ਆ ਨਾ ਰਾਜਮਾਂਹ? ਜਲੇਬੀਆਂ ਬਣ ਰਹੀਆਂ ਨੇ, ਦਾਰਾਂ ਦਾ ਵੱਡੇ ਪੈਕਟ ਵੀ ਆ, ਨਿੱਕੇ ਪੈਕਟ ਵੀ ਆ। ਓਕੇ, ਵੈਰੀ ਗੁੱਡ, ਵਧੀਆ ਜੀ। ਇੰਡੀਆ ਵਾਲੀ ਵੋਲਨੀ ਸਪਰੇ ਗੋਟੇ ਗਿੱਡਿਆਂ ਵਾਸਤੇ, ਜੇ ਗੋਟੇ ਦੁਖਦੇ ਆ, ਗੋਡੇ ਦੇ ਗਿੱਟੇ ਐਂ ਲਾਓ। ਮਸਾਲੇ ਪੈਕਿੰਗ ਵਾਲੇ ਮਸਾਲੇ ਮਿਲਦੇ ਨੇ, ਉਹ ਇੰਡੀਆ ਮਿਲਦੇ ਨੇ ਮਸਾਲੇ, ਪੈਕਿੰਗ ਵਾਲੇ ਸਾਰੇ ਹੈ ਨਾ, ਮਿਲਦੇ ਹੋਣੇ ਆ ਸਾਡੇ ਘਰੇ ਕੋਲ, ਮਹਿੰਗੇ। ਹਾਂ ਉਹ ਇੰਡੀਆ ਮਹਿੰਗੇ ਨੇ ਨਾ ਫਿਰ ਸਾਲੇ, ਇੰਡੀਆ ਤਾਂ ਹਲਦੀ ਪਾਤੀ, ਮਸਾਲਾ ਪਾਤਾ, ਮਾੜਾ ਜਿਹਾ ਵਾਸਤੇ ਬਣ ਗਈ ਸਬਜ਼ੀ। ਇੱਥੇ ਕਿੱਥੇ ਆ ਬੰਬੇ ਬਿਰਿਆਨੀ ਬਰੂਨੀ ਆਈਆਂ, ਕਿੱਥੇ ਇੰਨੀਆਂ ਤੰਦੂਰੀ ਬਾਰਬਿਕਿਊ ਮਸਾਲਾ, ਚਿਕਨ ਤਾਂ ਲਾਏ ਖਾਓ। ਹੁਣ ਚੱਲੇ ਗੁਰਦੁਆਰੇ, ਹੁਣੇ ਕੰਮ, ਹੁਣੇ ਗੱਲ ਨਹੀਂ ਕਰਨੀ। ਅੱਜ ਮੁੱਲਾ ਕੰਮ ਸੌਖਾ ਹੋ ਗਿਆ ਇੱਥੇ, ਹੈ ਨਾ? ਅਰੇ ਸਾਰੇ ਤੇਲ ਬਣੇ ਬਣਾਏ ਮਿਲਦੇ ਆ, ਨੀਮ ਓਇਲ। ਮੈਂ ਵੱਡੀ ਜਾਂ ਸੀ ਨੀਮ ਓਇਲ ਦੀ, ਸਾਰਾ ਕੁਛ ਪੈਕਿੰਗ 'ਚ ਮਿਲਦਾ ਬਾਈ। ਇੱਥੇ ਦੇਖ ਸਕਦੇ ਹੋ ਪਰਾਂਠੇ, ਪਰੌਂਠੇ ਹੀ ਪੈਕਿੰਗ 'ਚ ਆ, ਸਮੋਸੇ ਹੀ ਪੈਕਿੰਗ 'ਚ ਆ, ਮਿਕਸ ਵੈਜੀਟੇਬਲ ਪਰੌਂਠੇ ਹੀ ਪੈਕਿੰਗ 'ਚ ਆ, ਐਵਰੀਥਿੰਗ ਪੈਕਿੰਗ। ਇੰਡੀਆ ਇੱਕ ਦਿਨ ਬਈ ਹੋ ਜਾਂਦੀ, ਖਾਂਦੇ ਨਹੀਂ ਸੀ, ਹੁਣ ਇੱਥੇ ਸਭ ਕੁਛ ਚੱਲਦਾ ਪੈਕਿੰਗ ਵਾਲਾ। ਇੱਕ ਪੌਂਡ ਲੈ ਲਈਏ ਬਰਫੀ, ਲੱਗਦੀ ਸੋਹਣੀ ਹੋਈ ਇੱਕ ਪੌਂਡ ਨਾ। ਇਹ ਕੱਟ ਦਾ ਪੂਰਾ ਧੰਨਵਾਦ। ਹਾਂ ਚੱਕ ਲਿਆ ਆਪਾਂ, ਖਾ ਕੇ ਦੇਖੀ ਟੇਸਟ ਕਿਵੇਂ ਆ? ਗਰਮਾ ਗਰਮ ਜਲੇਬੀਆਂ ਬਣ ਰਹੀਆਂ ਨੇ ਬੇਕਰਫੀਲਡ ਨਾਨਕ ਸਟੋਰ ਤੇ। ਆਓ ਸੇਵਾ ਦਾ ਮੌਕਾ ਦਿਓ। ਅੱਛਾ ਇਹ ਬਈ ਕਦੋਂ ਬਣਦੀ? ਹਫਤੇ ਚ ਕਿੰਨੇ ਵਾਰ ਬਣਦੀਆਂ? ਹਰੇਕ ਸ਼ਨੀਵਾਰ ਬਣਦੀਆਂ ਨੇ, ਐਵਰੀ ਸ਼ਨੀਵਾਰ ਬਣਦੀਆਂ ਨੇ। ਤੁਸੀਂ ਖਾ ਸਕਦੇ ਹੋ ਗਰਮ, ਠੰਡੀਆਂ ਹੋ ਗਈਆਂ ਬਈ ਯਾਰ। ਨਹੀਂ ਗਰਮ, ਉਹ ਠੰਡ ਬਹੁਤ ਹੈ ਨਾ, ਇਸੇ ਕਰਕੇ ਵਿੱਚ ਪਾਸੀਆਂ ਦੇ ਵਿੱਚ। ਕਿੰਨੀਆਂ ਇਹ ਪੌਂਡ? ਨਹੀਂ ਪੌਂਡ ਤੋਂ ਉੱਪਰੇ ਹੋਣੀ ਹੈ ਯਾਰ, ਪੌਂਡ ਦੇ ਦੇ ਬਈ ਸਾਨੂੰ ਤਾਂ। ਕੋਈ ਨਹੀਂ, ਲੈ ਜਾ ਦੇ ਪੌਂਡ ਕੇ ਕਹਿ ਦੇ, ਪੈਸੇ ਕਟਾਇਆ ਅੰਦਰ ਪੌਂਡ ਦੇ ਲੈ ਜੀ ਅਸੀਂ ਚੱਕ ਕੇ। ਉਹ ਪੌਂਡ ਦੇ ਪੈਸੇ ਕਟਾਇਆ। ਅੱਛਾ ਆਹਾ, ਲੈ ਕੇ ਨਹੀਂ ਆਈ ਮੈਨੂੰ। ਅੱਛਾ ਮੰਜਾ $275 ਦਾ,
ਕਿੰਨਾ ਹੋ ਗਿਆ ਇੰਡੀਆ ਦਾ 14,000 15,000 ਇੰਡੀਆ ਦਾ ਜ਼ਿਆਦਾ 15-16,000 ਦਾ ਕਾਰ ਸੇ ਵਾਲੇ ਦੀ ਕੁਰਸੀ ਤੱਕਾ ਹਾਂਜੀ ਲੋ ਬਈ ਜਲੇਬੀਆਂ ਵੀ ਲੈ ਲਈਆਂ ਮਠਾਈ ਵੀ ਲੈ ਲਈ ਆਪਾਂ ਤੇ ਲੱਗਦੀਆਂ ਸਵਾਦ ਨਹੀਂ ਯਾਰ ਜਲੇਬੀਆਂ ਨਾ ਖਾਈ ਲਈਏ ਹੁਣ ਬਾਅਦ ਚ ਖਾਵਾਂਗੇ ਆਪਾਂ ਕੋਈ ਗੱਲ ਨਹੀਂ ਰੱਖ ਦੇ ਮਿਠਾਈ ਵੀ ਲੈ ਲਈ ਆਪਾਂ ਜਲੇਬੀਆਂ ਲੈ ਲਈਆਂ ਗਰਮ ਗਰਮ ਅੱਜ ਗੁਰਦੁਆਰਾ ਟੇਕੀਏ ਮੱਠਾ ਗੁਰਦੁਆਰੇ ਮੱਥਾ ਟੇਕ ਕੇ ਆਪਾਂ ਖਾਈਏ ਜਲੇਬੀਆਂ ਗਰਮ ਘਰ ਜਾ ਕੇ ਅਤੇ ਫਿਰ ਦੇ ਦੇ ਕੀ ਪਲੈਨ ਆ ਗਿਫਟ ਗੁਫਟ ਦੇਂਗਾ ਜੀ ਮੈਨੂੰ ਜਲੇਬੀਆਂ ਨਿੱਕਾ ਮੋਟਾ ਆ ਜਲੇਬੀਆਂ ਗਿਫਟ ਹੀ ਨੇ ਲੱਗਦੀਆਂ ਸਵਾਦ ਨੇ ਯਾਰ ਆ ਚੱਲੀਏ ਰੁਮਾਲ ਮੈਂ ਭੁੱਲ ਗਿਆ ਰੁਮਾਲ ਮੈਂ ਘਰੇ ਭੁੱਲ ਗਿਆ ਉਹ ਚੱਕ ਲਾ ਡੱਬਾ ਮਿਠਾਈ ਦਾ ਬਾਬਾ ਹਾਂ ਨਹੀਂ ਜਾ ਕੇ ਆਈ ਰੱਖ ਦੀ ਕਹਿੰਦੇ ਕੋਈ ਨਾ ਆਈ ਰੱਖ ਦੇ ਆਈ ਰੱਖ ਅੱਛਾ ਫਿਰ ਰੁਮਾਲ ਬੰਨ ਲਈਏ ਤੇ ਮੱਥਾ ਟੇਕ ਲਈਏ ਗੁਰਦੁਆਰੇ ਫਿਰ ਦੇਖਦੇ ਹਾਂ ਆਪਾਂ ਕਿੱਧਰ ਜਾਣਾ ਮੱਥਾ ਟੇਕ ਕੇ ਤੇ ਫਿਰ ਸਹੀ ਹੈ ਰੁਮਾਲ ਵਧੀਆ ਓਕੇ ਰੁਮਾਲ ਠੀਕ ਆ ਲਓ ਬਈ ਹੁਣ ਆਪਾਂ ਚੱਲੇ ਹਾਂ ਥੋੜ੍ਹੀ ਜਿਹੀ ਆਫ ਰੋਡਿੰਗ ਜਨਮ ਦਿਨ ਵਾਲੇ ਦਿਨ ਆਫ ਰੋਡਿੰਗ ਕਰਾਂਗੇ ਆਪਾਂ ਜੀਪ 'ਤੇ ਕਿ ਨਹੀਂ ਕਿਉਂਕਿ ਜਨਮ ਦਿਨ ਤਾਂ ਯਾਰ ਪਹਿਲਾਂ ਹੁੰਦੇ ਸੀਗੇ ਜਦੋਂ ਨਿੱਕੇ ਹੁੰਦੇ ਸੀਗੇ ਵੀ ਜਨਮ ਦਿਨ ਅੱਗੇ ਕੇਕ ਕੱਟਣਾ ਹੈ ਨਾ ਉਦੋਂ ਕਿਸੇ ਨੇ ਮਨਾਇਆ ਹੀ ਨਹੀਂ ਉਦੋਂ ਮਨਾਏ ਮਨੁਏ ਨਹੀਂ ਵਾਲੇ ਅਤੇ ਹੁਣ ਸਾਰਾ ਰਿਹਾ ਹੀ ਨਹੀਂ ਕੋਈ ਨੇ ਚਾਅ ਜਿਹਾ ਹੈ ਨਹੀਂ ਬਸ ਗੁਰਦੁਆਰੇ ਜਾ ਵੜੇ ਠੀਕ ਆ ਬਸ ਹੁਣ ਓਕੇ ਆ ਠੀਕ ਆ ਹੋਰ ਕੀ ਆ ਉਮਰ ਨਾਲੇ ਉਮਰ ਘੱਟ ਗਈ ਕਿ ਨੌਰਥ ਸਾਊਥ ਲੈਣਾ ਕਿ ਨੌਰਥ ਲੈਣਾ ਨੌਰਥ ਲੈਣਾ ਨੌਰਥ ਲੈਣਾ ਆਪਾਂ ਹਾਂ ਅਤੇ ਉਮਰ ਘੱਟ ਗਈ ਆ ਉਲਟਾ ਟੈਨਸ਼ਨ ਆ ਹੋਰ ਅਤੇ ਪਰ ਠੀਕ ਆ ਕੋਈ ਚੱਕਰ ਨਹੀਂ ਸੈੱਟ ਆ ਕੰਮ ਜਿੰਨੀ ਉਮਰ ਵੱਧਦੀ ਆ ਉਨੇ ਲਾਈਫ ਦੇ ਐਕਸਪੀਰੀਅੰਸ ਵੱਧਦੇ ਆਪਣੇ ਚਲੋ ਬਈ ਗੁਰਦੁਆਰੇ ਵੀ ਜਾ ਆਇਆ ਏ ਅਤੇ ਰੱਬ ਨੂੰ ਆਪਾਂ ਕਹਿ ਤਾ ਵੀ ਥੈਂਕ ਯੂ ਹੈ ਇਹ ਦੁਨੀਆਂ 'ਤੇ ਆਉਣ ਦਾ ਥੈਂਕ ਕਹਿ ਤਾ ਆਪਾਂ ਰੱਬ ਨੂੰ ਅਤੇ ਹੁਣ ਖੁੱਤੀ ਪਾਉਣੀ ਆ ਖੁੱਤੀ ਹੈਪੀ ਬਰਥਡੇ ਹੋ ਗਿਆ ਹੈਪੀ ਬਰਥਡੇ ਲਓ ਵੀ ਆਪਾਂ ਪਹੁੰਚ ਗਏ ਹਾਂ ਇੱਥੇ ਆਫ ਰੋਡਿੰਗ ਸ਼ਾਇਦ ਉੱਧਰ ਗਾਂਹ ਜਾ ਕੇ ਆ ਨਾ ਆਫ ਰੋਡਿੰਗ ਉੱਧਰ ਉੱਪਰੋਂ ਆ ਹਾਂ ਠੀਕ ਆ ਅੱਜ ਆਪਾਂ ਦੇਖ ਲਈਏ ਫਿਰ ਕਿੰਨਾ ਕੁ ਜ਼ੋਰ ਆ ਝੋਟੀ 'ਚ ਲਓ ਬਾਈ ਆਪਾਂ ਪਹੁੰਚ ਗਏ ਮਾਰਨਿੰਗ ਡਰਾਈਵ ਆਦੇ ਗੇਮ ਫਿਰਦੇ ਆ ਹੁਣ ਟੁੱਟ ਗਿਆ ਮੈਨੂੰ ਲੱਗਦਾ ਉਹਦਾ ਥੱਲੋਂ ਕੋਈ ਨਿਕਲ ਗਿਆ ਬਾਈਕ ਨੂੰ ਪ੍ਰੋਬਲਮ ਆ ਗਈ ਉਸ ਦੀ ਕਿਵੇਂ ਲਿਬੜਾ ਫਿਰਦਾ ਗਾਟੋਈ ਆ ਟੋਈ ਉਹ ਵੇ ਉਹ ਬਾਰਾ ਖਤਰਨਾਕ ਸੀ ਉੱਥੇ ਖਤਰਨਾਕ ਲਾਸਟ ਟਾਈਮ ਜੇ ਰੇਂਜ ਰੋਵਰ ਤੇ ਆਏ ਸਾਂ ਬਾਕੀ ਯਾਰ ਤੈਨੂੰ ਪਤਾ ਜੀਪ ਤਾਂ ਫਿਰ ਜੀਪ ਹੀ ਆ ਹਾਂ ਚੱਲ ਚੱਲੀਏ ਕਿੱਧਰ ਜਾਣਾ ਸਿੱਧਾ ਸਿੱਧਾ ਜਾਣਾ ਇੱਧਰ ਸਿੱਧੇ ਹੀ ਜਾਣਾ ਸਿੱਧੇ ਜਾਣਾ ਆਪਾਂ ਹਾਂ ਧਿਆਨ ਨਾਲ ਇੱਥੋਂ ਬੋਰਡ ਖਰਾਬ ਰੋਡ ਹੈ
ਜੀਪ ਆ। ਲਓ ਬਾਈ ਜੀਪ ਚੜਨ ਲੱਗਿਆ। ਚੜ ਚੜਾਈ ਤੇ ਚੱਲ ਮਾੜੀ ਗੱਡੀਆਂ ਚ ਵਾੜ ਲੈਂਦੇ ਆ ਦੇਖ ਲੈਂਦੇ ਆ ਗਾਰਾ ਹੀ ਆ ਨੀਰਾ। ਹਾਂ ਇੱਕ ਵਾਰ ਦੇਖਦੇ ਆ ਬਾੜ ਕੇ ਕੀ ਕਹਿੰਦੀ ਆ ਖਿੱਚਦੀ ਆ ਕਿ ਨਹੀਂ। ਲੈ ਕੇ ਆਓ ਆਵਾ ਉਹ ਬਾਰੀ ਬੰਦ ਕਰ ਲਈ ਇੱਧਰ ਲਈ गंदी काफ़ी हो गई गड्डी तो हम आप ट्राई करते हैं उत्थे ले जाएंगे ना ट्राई करते हैं किन्ना कि जोर आ फिर है यार पंजाब का कद्दू कुद्दू हुंदा दी ना गड्डी कद्दू है नहीं गा तो जिन्ना क है इतने ट्राई करते हैं आप हम आप उधर चाड़ांगे गड्डी उपर ਇੱਧਰ ਰੱਖਣੀ ਪੈਣੀ ਆ ਇੱਧਰ ਉੱਚਾ ਵਾਲਾ ਇੱਧਰ ਰੱਖਣੀ ਪੈਣੀ ਨਹੀਂ ਤਾਂ ਉੱਧਰ ਗੱਡੀ ਥੱਲੇ ਸੱਕਣੀ ਇੱਧਰ ਥੱਲੇ ਛੱਡਦੀ ਹੈ ਗੱਡੀ ਨੂੰ ਦੇਖ ਲਈਏ ਜਾਂਦੀ ਹੈ ਲੱਗ ਗਈ ਲਓ ਬਈ ਆ ਇੱਧਰ ਤਾਂ ਟੋਆ ਹੀ ਆ ਐਂ ਨਿਕਾਲੀ ਸਿੱਧੀ ਥੱਲੇ ਨੂੰ ठीक है चढ़ती नहीं थोड़ी जी भजा के चाड़ फिर चढ़ूगे इतने थां भाई बहुत नीवी आ पर फिर भी चल गड्डी गुड कर रही है काम ठीक है ठीक है ठीक है ठीक है तां काफ़ी नीवी आ एक कैमरे तो थोड़ा लगता भी नॉर्मल लगती होनी है पर एक काफ़ी स्टीप आ लो भाई तू देख ही लिया होना गड्डी बढ़िया घैंट आ घैंट आ कम पास आ पास आ ला वो उत्थे भी चढ़ गई उत्थे भी आ गई देख ला उत्थे भी चढ़ गई सी घैंट आ ये नहीं मानती है अट्टू बेटा इन नहीं मानती है जमा भी चक दी आ फटे ठीक है ठीक है चल चलिए
ਅੱਜ ਆਫ ਰੋਡਿੰਗ ਕੀਤੀ ਠੀਕ ਆ ਅੱਜ ਮੈਂ ਸ਼ਾਇਦ 6 ਗੱਡੀ ਲਈ ਨੂੰ ਹੋ ਟਾਈਮ ਹੋਇਆ ਕਾਫੀ ਹੈ ਨਾ ਅੱਜ ਬਹੁਤ ਚਿਰ ਬਾਅਦ ਮੈਂ ਆਇਆ ਸੀ ਆਫ ਰੋਡਿੰਗ ਸੋਚਿਆ ਚੱਲ ਥੋੜ੍ਹਾ ਜਿਹਾ ਕਰ ਲਈਏ ਨਾ ਅਤੇ ਗੱਡੀ ਦੀ ਹਾਲਤ ਦੇਖੋ ਘਰ ਜਾ ਕੇ ਧੋਨੇ ਆ ਇਹਨੂੰ ਦੇਖੋ ਗੱਡੀ ਦੀ ਹਾਲਤ ਅਤੇ ਚਲੋ ਫਿਰ ਹੁਣ ਚੱਲਦੇ ਹਾਂ ਘਰੇ ਅਤੇ ਜਾ ਕੇ ਡੇ ਪਾਣੀ ਪੂਣੀ ਮਾਰਦੇ ਹਾਂ ਬਾਹਰ ਲਿਬੜ ਗਈ ਗੱਡੀ ਪਰ ਠੀਕ ਆ ਹੈ ਕੁਛ ਜੀਭ 'ਚ ਝੋਟਾ ਜਾਣ ਜਾਣ ਤਾਂ ਬਹੁਤ ਆ ਘੈਂਟ ਆ ਕੰਮ ਚੱਲ ਆਹ ਹੈਗੀ ਆ ਬਾਈ ਤੇਲ ਕੱਢਣ ਵਾਲੀ ਮਸ਼ੀਨ ਡੀਜ਼ਲ ਨਿਕਲ ਰਿਹਾ ਡੀਜ਼ਲ ਇੱਥੇ ਮਸ਼ੀਨਾਂ ਹੋਰ ਲੱਗੀਆਂ ਨੇ ਉਹ ਤੁਹਾਨੂੰ ਦਿਖਦੀਆਂ ਹੋਣੀਆਂ ਉੱਥੇ ਵੀ ਪਰੇ ਵੀ ਲੱਗੀਆਂ ਮਸ਼ੀਨਾਂ ਉਹ ਪਰੇ ਮਿੱਟੀ ਤੋਂ ਤੇਲ ਕੱਢਦੇ ਆ ਫਿਰ ਰਿਫਾਈਨ ਕਰਕੇ ਆਪਣੀਆਂ ਗੱਡੀਆਂ 'ਚ ਪੈਂਦਾ ਕਿ ਨਹੀਂ ਇੱਦਾਂ ਹੀ ਆ ਲਓ ਵੀ ਅੱਜ ਦਾ ਆਪਾਂ ਬਲੌਗ ਕਰਨ ਚੱਲੇ ਹਾਂ ਅਤੇ ਇੱਥੇ ਹੀ ਖਤਮ ਅਤੇ ਜਨਮਦਿਨ ਸੀਗਾ ਗੁਰਦੁਆਰੇ ਗਏ ਗੁਰਦੁਆਰੇ ਦਾ ਥੋੜ੍ਹੀ ਜਿਹੀ ਆਫ ਰੋਡਿੰਗ ਕੀਤੀ ਅੱਜ ਘਰ ਜਾਂਦੇ ਰੋਟੀ ਰੋਟੀ ਖਾ ਕੇ ਪੈਂਦੇ ਹਾਂ ਸਵੇਰੇ ਆਪਾਂ ਜਾਣਾ ਕੰਮ 'ਤੇ ਅਤੇ ਬਾਈ ਫਿਰ ਸਬਸਕ੍ਰਾਈਬ ਕਰੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਕਮੈਂਟ ਕਰੋ ਜ਼ਰੂਰ ਓਕੇ ਬਾਈ ਜੀ ਥੈਂਕ ਯੂ